ਸ਼੍ਰੀਕਾਲ ਜੀ ਸਾਰਿਆਂ ਨੂੰ। ਆਈ ਹੋਪ ਤੁਸੀਂ ਸਾਰੇ ਜਾਣੇ ਘੈਂਟ ਹੋਵੋਗੇ। ਵੈਲਕਮ ਆ ਤੁਹਾਡਾ ਸਿੰਘ ਵਲੌਗ ਦੇ ਵਿੱਚ। ਅਤੇ ਅੱਜ ਚੱਲੇ ਹਾਂ ਪਹਿਲਾ ਦਿਨ ਆਪਣਾ, ਅਤੇ ਬਾਬਾ ਜੀ ਦੇ ਦਰਸ਼ਨ ਕਰਨ ਚੱਲੇ ਹਾਂ ਗੁਰਦੁਆਰਾ ਸਾਹਿਬ। ਅਤੇ ਤੁਸੀਂ ਵੀ ਨਾਲੇ ਹੀ ਚੱਲੋ, ਅਤੇ ਤੁਹਾਨੂੰ ਵੀ ਸਾਰਾ ਦਿਖਾਵਾਂਗੇ ਉੱਥੇ ਜਾ ਕੇ ਗੁਰਦੁਆਰਾ ਸਾਹਿਬ। ਅਤੇ ਨਾਲ ਨਾਲ ਤੁਹਾਨੂੰ ਕਨੇਡਾ ਦੀ ਸੈਰ ਵੀ ਕਰਾਵਾਂਗੇ। ਅਤੇ ਐਨ ਨਜ਼ਾਰਾ ਪੂਰਾ ਆ, ਧੁੱਪ ਨਿਕਲੀ ਉਹ ਕੜਕੀ, ਅਤੇ ਹੁਣ ਜਾਂਦੇ ਪਏ ਹਾਂ। ਅਤੇ ਤੁਸੀਂ ਸਾਰਿਆਂ ਨੇ ਨਾਲ ਰਹਿਣਾ ਅਤੇ ਸਪੋਰਟ ਕਰਦੀ ਰਹਿਣੀ। ਪਿਛਲੀ ਵੀਡੀਓ ਦੇ ਵਿੱਚ ਤੁਸੀਂ ਬਹੁਤ ਵਧੀਆ ਸਪੋਰਟ ਕੀਤੀ, ਬਹੁਤ ਵਧੀਆ ਲੱਗਾ, ਅਤੇ ਸਾਰਿਆਂ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਆ। ਅਤੇ ਹੁਣ ਜਾਂਦੇ ਪਏ ਹਾਂ, ਅਤੇ ਬਾਕੀ ਤੁਹਾਨੂੰ ਜਾ ਕੇ ਉੱਥੇ ਦਿਖਾਵਾਂਗੇ, ਅਤੇ ਰਸਤੇ ਦੇ ਵਿੱਚ ਜੋ ਜੋ ਆਊਗਾ ਤੁਹਾਨੂੰ ਸਾਰਾ ਚੈੱਕ ਕਰਵਾਵਾਂਗੇ। ਐਨ ਨਜ਼ਾਰੇ ਲਓ, ਧੁੱਪ ਐਨ ਕੜਕੀ ਉਹ ਆ। ਅਤੇ ਹੁਣ ਲੱਗੇ ਹਾਂ ਪਾਰ ਕਰਨ ਸੜਕ, ਬਾਕੀ ਤੁਹਾਨੂੰ ਦਿਖਾਉਂਦੇ ਹਾਂ। ਗੱਡੀਆਂ ਚੜ੍ਹਦੀ ਤੋਂ ਚੜ੍ਹਦੀਆਂ, ਅਤੇ ਵਿਊ ਚੈੱਕ ਕਰੋ। ਹਾਏ ਹਾਏ, ਧੁੱਪ ਐਨ ਕੜਕੀ ਉਹ ਧੁੱਪ। ਹੁਣ ਕ੍ਰੋਸ ਕਰਾਂਗੇ ਇੱਥੋਂ, ਦੇਖਿਓ ਤੁਸੀਂ ਰੈਬਰਾ ਕ੍ਰੋਸਿੰਗ ਤੋਂ ਕ੍ਰੋਸ ਕਰਨਾ, ਗੱਡੀ ਵਾਲੇ ਨੇ ਆਪੇ ਰੁਕ ਜਾਣਾ। ਇਹ ਨਜ਼ਾਰਾ ਇੱਥੇ, ਬਸ ਇਹੀ ਨਜ਼ਾਰਾ ਆ। ਇਹ ਸਹੂਲਤ ਆ ਨਾ, ਜਿਹੜਾ ਪੈਦਲ ਜਾਂਦਾ ਬੰਦਾ ਉਹਦੇ ਲਈ ਤਾਂ ਨਜ਼ਾਰਾ ਪੂਰਾ। ਵਿਊ ਚੈੱਕ ਕਰੋ, ਅਤੇ ਬਾਕੀ ਹੁਣ ਜਾਂਦੇ ਪਏ ਹਾਂ। ਅਤੇ ਤੁਸੀਂ ਸਾਰਿਆਂ ਨੇ ਪਿਛਲੀ ਵੀਡੀਓ ਨੂੰ ਸਪੋਰਟ ਕੀਤੀ, ਬਹੁਤ ਵਧੀਆ ਲੱਗਾ, ਇੱਦਾਂ ਹੀ ਕਰਦੇ ਰਹੋ। ਅਤੇ ਨਾਲੇ ਨਵੀਆਂ ਨਵੀਆਂ ਵੀਡੀਓ ਹੁਣ ਤੁਹਾਡੇ ਲਈ ਆਉਂਦੀਆਂ ਰਹਿਣੀਆਂ। ਹਾਂ ਦੇਖੋ, ਇੱਧਰਲੀ ਲਾਈਨ ਦੇ ਵਿੱਚ ਜਾਂਦੇ ਪਏ ਹਾਂ, ਅਤੇ ਇੱਧਰ ਪਾਰਕਿੰਗ ਦੇ ਵਿੱਚ ਲੱਗੀ, ਕੋਈ ਇੱਦਾਂ ਨਹੀਂ। ਸਾਡੇ ਇੰਡੀਆ ਹੁੰਦਾ ਹੁਣ ਨੂੰ ਤਾਂ ਭੰਨ ਕੇ ਉਹ ਜਾਣੀ ਸੀ, ਅਤੇ ਉੱਧਰੋਂ ਲਾਈਨ ਦੇ ਵਿੱਚ ਇੱਧਰ ਨੂੰ ਆਈ ਜਾਂਦੇ, ਇੱਧਰ ਬਸ ਖੜ ਗਏ ਹਾਂ ਪਾਰਕਿੰਗ ਦੇ ਵਿੱਚ। ਐਨ ਨਜ਼ਾਰੇ ਨਾ ਆਉਂ, ਦੇਖੋ ਈਗਲ। ਆਪਣੇ ਜੈਗਵਾਰਾਂ ਦੀ ਤਾਂ ਹਾਲਾ ਲਾਲਾ ਹੋ ਜਾਂਦੀ ਹੈ, ਇੱਥੇ ਤਾਂ ਜੈਨੂਅਨ ਹੀ ਖੜੀਆਂ, ਜੈਨੂਅਨ। ਡਰੇਨ ਐਂ ਦੇਖੋ, ਇੱਥੇ ਜਿੱਦਾਂ ਨਾ ਉਹ ਆ ਜਾਂਦਾ ਹੁੰਦਾ, ਜੋ ਮਤਲਬ ਆਪਣਾ ਲੈਟ ਲੁੱਟ ਹੋਵੇ ਇਹਦੇ ਵਿੱਚ ਰੱਖ ਜਾਣਾ ਉਹਨਾਂ ਨੇ ਸਾਨੂੰ ਦਿੱਤੇ ਹੁੰਦੇ। ਜਿੱਦਾਂ ਇੱਧਰ ਦੀ ਸ਼ੋਰਟਕੱਟ ਆਪਾਂ ਇੱਧਰ ਦੀ ਜਾਵਾਂਗੇ, ਉਹਨਾਂ ਨੇ ਆਪਾਂ ਨੂੰ ਜਿੱਦਾਂ ਦਿੱਤੇ ਹੁੰਦੇ ਆ ਬੋਕਸ ਜੇ, ਅਤੇ ਆਪਣੀ ਚਾਬੀ ਖੋਲ੍ਹ ਕੇ ਆਪਾਂ ਚੈੱਕ ਕਰ ਸਕਦੇ ਹਾਂ, ਆਪਣੀ ਆਪਣੀ ਸਟਰੀਟ 'ਤੇ ਦਿੱਤੇ ਹੁੰਦੇ ਆ। ਅਤੇ ਜੇ ਆਪਣਾ ਆਇਆ ਹੋਵੇ ਕੋਈ ਲੈਟਰ ਕੁਛ ਵੀ, ਤਾਂ ਫਿਰ ਆਪਾਂ ਕੱਢ ਕੇ ਆਪਣਾ ਲੈ ਕੇ ਜਾ ਸਕਦੇ। ਅਤੇ ਜਾਂਦੇ ਪਏ ਹਾਂ ਹੁਣ, ਜਦੋਂ ਛਾਂ ਦੇ ਵਿੱਚ ਹੋ ਜਾਂਦੇ ਹਾਂ ਤਾਂ ਠੰਡ ਜਿਹੀ ਲੱਗਣ ਲੱਗ ਪੈਂਦੀ, ਜਦੋਂ ਧੁੱਪੇ ਖੜ੍ਹਦੇ ਹਾਂ ਫਿਰ ਗਰਮੀ ਜਿਹੀ ਲੱਗਣ ਲੱਗ ਪੈਂਦੀ, ਇੱਦਾਂ ਦਾ ਮੌਸਮ ਆ ਇੱਥੇ। ਬਾਕੀ ਹੁਣ ਜੰਗਲ ਜਿਹਾ ਆ, ਅਤੇ ਘੈਂਟ ਆ, ਹਵਾ ਚੱਲਦੀ, ਨਜ਼ਾਰੇ ਦਾ ਨਜ਼ਾਰੇ ਵੱਜੇ ਪਏ ਆ। ਵਿਊ ਬਹੁਤ ਘੈਂਟ ਆ, ਵਿਊ ਦੀ ਤਾਂ ਨਾ ਗੱਲੇ ਹੀ ਖੜ੍ਹ। ਜਿੱਦਾਂ ਸ਼ੋਰਟਕੱਟ ਇੱਥੋਂ, ਫਿਰ ਸ਼ੋਰਟਕੱਟ ਸਿੱਧਾ ਹੀ ਜਾ ਕੇ ਗੁਰਦੁਆਰਾ ਸਾਹਿਬ ਨੂੰ ਫਿਰ ਜਾਂਦਾ ਇੱਥੋਂ। ਜੇ ਧੁੱਪ ਵਿੱਚ ਖੜ੍ਹ ਜਾਣਾ ਉਹ ਗਰਮੀ ਗਰਮੀ ਜਿਹੀ ਲੱਗਣ ਲੱਗ ਪੈਣੀ, ਜਦੋਂ ਛਾਵੇਂ ਉਦੋਂ ਠੰਡ ਜਿਹੀ। ਘੈਂਟ ਆਇਆ ਨਜ਼ਾਰਾ ਪੂਰਾ, ਨਿੱਕੀ ਜਿਹੀ ਲੇਕ ਜੀ ਆਈ, ਜਿੱਦਾਂ ਪੰਜਾਬ 'ਚ ਕਹਿੰਦੇ ਆਪਾਂ ਛੱਪੜ, ਵਧੀਆ। ਅਤੇ ਇਹਦੇ ਪਰਲੇ ਪਾਸੇ ਉੱਧਰਲੇ ਪਾਸੇ ਜਿੱਦਾਂ ਗਰਾਊਂਡ ਆ, ਜੇ ਉੱਧਰ ਨੂੰ ਜਾ ਹੋਇਆ ਤਾਂ ਫਿਰ ਦਿਖਾਵਾਂਗੇ ਜ਼ਰੂਰ। ਉਹ ਅੰਕਲ ਕੁੱਤਾ ਘੁਮਾਉਂਦਾ, ਇੱਦਾਂ ਵੀ ਨਹੀਂ ਕਿ ਡਰਦੀਆਂ, ਆਪਣੇ ਤਾਂ ਬੱਟਾ ਮਾਰ ਕੇ ਉਹ ਨੱਠੀਆਂ ਜਾਂਦੀਆਂ। ਦੇਖੋ ਐਂ ਨਜ਼ਾਰੇ ਦੇ ਨਾਲ ਆ, ਉਹ ਵੀ ਕੋਈ ਕੁਝ ਕਹਿੰਦਾ ਨਹੀਂ, ਉਹਨਾਂ ਨੂੰ ਵੀ ਨਹੀਂ ਡਰ ਕੋਈ, ਐਨ ਸੰਸਾਨ ਹੋਇਆ ਪਿਆ, ਐਂ ਨਜ਼ਾਰਾ ਨਜ਼ਾਰਾ ਪੂਰਾ। ਅਤੇ ਇੱਦਾਂ ਘਰ ਆ ਇੱਥੇ, ਜਿੱਦਾਂ ਕਈਆਂ ਦੇ ਤਾਂ ਸਟਰੀਟ ਆ, ਇਹ ਤਾਂ ਜਿੱਦਾਂ ਇੱਕ ਜਿਹਾ ਹੁੰਦਾ ਜਿੱਦਾਂ ਪਲਾਜ਼ਾ ਜਿਹਾ। ਦੇਖੋ
ਐਨ ਇੱਕੋ ਜਿਹੇ ਘਰ ਆ ਸ਼ਾਂਤੀ ਸੀ ਐਨ ਨਜ਼ਾਰਾ ਬੰਦਾ ਜੀ ਕਰਦਾ ਮੰਜਾ ਡਾ ਕੇ ਸੌਂ ਜਾਈਏ ਆਰਾਮ ਏਦਾਂ ਘਰ ਆ ਇੱਕੋ ਜਿਹਾ ਹੀ ਘਰ ਲਾਈਨ ਸਿਰ ਤੇ ਸੀ ਜਿੱਦਾਂ ਤੇ ਉਹ ਗੁਰਦੁਆਰਾ ਸਾਹਿਬ ਆ ਗਿਆ ਬਾਕੀ ਤੁਹਾਨੂੰ ਜਾ ਕੇ ਹੁਣ ਦਰਸ਼ਨ ਕਰਵਾਉਣੇ ਆ ਸਾਰੇ ਬਣੇ ਰਹੋ ਜਿਵੇਂ ਜੈਬਰਾ ਕਰੋਸਿੰਗ ਆ ਆਪਾਂ ਇੱਥੋਂ ਹੀ ਹੋਵਾਂਗੇ ਚਲੋ ਏਦਾਂ ਗੱਡੀ ਖੜ ਜਾਂਦੀ ਆਪਾਂ ਹੁਣ ਲੰਘ ਜਾਣਾ ਨਜ਼ਾਰੇ ਨਾਲ ਕਬੱਡੀ ਪਾਰਕ ਮੋਰੇ ਉਹ ਆ ਗਰਾਊਂਡ ਆ ਇੱਥੇ ਮੈਚ ਹੁੰਦੇ ਹੁੰਦੇ ਕਬੱਡੀ ਦੇ ਫੁੱਟਬਾਲ ਦੇ ਇਹ ਵੀ ਦਿਖਾਵਾਂਗੇ ਬਾਕੀ ਵਿਊ ਚੈੱਕ ਕਰੋ ਆਇਆ ਐਨ ਨਜ਼ਾਰਾ ਗੁਰੂ ਨਾਨਕ ਵੀ ਪਹੁੰਚ ਗਏ ਆਪਾਂ ਗੁਰਦੁਆਰਾ ਸਾਹਿਬ ਗੁਰੂ ਨਾਨਕ ਸਿੱਖ ਗੁਰਦੁਆਰਾ ਇੰਦਰ ਵਿਊ ਚੈੱਕ ਕਰੋ ਐਨ ਘੈਂਟ ਆ ਨਾ ਆ ਦੇਖੋ ਸਾਹਮਣੇ ਗੁਰਦੁਆਰਾ ਸਾਹਿਬ ਆ ਅਤੇ ਇੱਥੇ ਪਾਰਕਿੰਗ ਵਗੈਰਾ ਆ ਅਤੇ ਉੱਧਰਲੇ ਪਾਸੇ ਜਿਹੜੀ ਆ ਉੱਧਰਲੇ ਪਾਸੇ ਕਬੱਡੀ ਦੀ ਗਰਾਊਂਡ ਆ ਉੱਥੇ ਮੈਚ ਹੁੰਦੇ ਹੁੰਦੇ ਜਦੋਂ ਮੈਚ ਆਊਗਾ ਤਾਂ ਤੁਹਾਨੂੰ ਜ਼ਰੂਰ ਦਿਖਾਵਾਂਗੇ ਜ਼ਰੂਰ ਹਾਂ ਦੇਖੋ ਜਹਾਜ਼ ਗੁਰਦੁਆਰਾ ਸਾਹਿਬ ਮੋਹਰੇ ਆ ਗਿਆ ਗੁਰਦੁਆਰਾ ਸਾਹਿਬ ਦੇ ਉੱਪਰ ਦੇਖੋ ਦਿਖਦਾ ਹੋਊਗਾ ਜਾਂ ਥੋੜ੍ਹਾ ਥੋੜ੍ਹਾ ਦੀਂਦਾ ਪਰ ਇੱਥੇ ਦਾਣੇ ਪਾਏ ਆ ਅਤੇ ਕਬੂਤਰ ਲੱਗੇ ਹੋ ਚੁੱਕਣ ਇੱਦਾਂ ਵੀ ਨਹੀਂ ਕਿ ਉੱਡਦੇ ਵੀ ਨਹੀਂ ਹੈਗੇ ਸਾਡੇ ਤਾਂ ਉੱਥੇ ਇੱਦਾਂ ਦੇ ਚਿੱਟੇ ਨੂੰ ਫੜਨ ਲੱਗ ਪੈਂਦੇ ਘੈਂਟ ਆ ਪਰ ਉੱਥੇ ਇਹ ਆ ਕਿ ਬੰਦਾ ਐਨ ਨਜ਼ਾਰੇ ਲੁੱਟਦਾ ਇੱਥੇ ਇਹ ਆ ਕਿ ਬੰਦਾ ਕੰਮ ਦੇ ਵਿੱਚ ਫਸਿਆ ਰਹਿੰਦਾ ਘੁੰਮਣੇ ਫਿਰਨੇ ਨੂੰ ਥੋੜ੍ਹਾ ਜਿਹਾ ਔਖੀ ਹੁੰਦੀ ਆ ਆਹ ਦਿਖਾਉਂਦਾ ਸੀ ਮੈਂ ਦੇਖੋ ਅਤੇ ਬਾਕੀ ਪਹੁੰਚ ਗਏ ਹੁਣ ਅਤੇ ਤੁਹਾਨੂੰ ਜਾ ਕੇ ਦਿਖਾਉਂਦੇ ਹਾਂ ਆਹ ਪਾਰਕਿੰਗ ਲੱਗੀ ਹੋਈ ਆ ਆਹ ਟਰੱਕ ਖੜ੍ਹੇ ਆ ਪਹੁੰਚ ਗਏ ਹਾਂ ਗੁਰਦੁਆਰਾ ਸਾਹਿਬ ਕਰੋ ਦਰਸ਼ਨ ਅਤੇ ਬਾਕੀ ਹੁਣ ਚੱਲਦੇ ਹਾਂ ਅੰਦਰ ਨੂੰ ਅਤੇ ਦਰਸ਼ਨ ਕਰਕੇ ਅਤੇ ਤੁਸੀਂ ਵੀ ਕਰਿਓ ਅਤੇ ਫਿਰ ਮਿਲਦੇ ਹਾਂ ਬਾਅਦ ਵਿੱਚ ਤੁਹਾਨੂੰ ਮੈਂ ਦਿਖਾਈ ਜਾਊਂਗਾ ਬਾਕੀ ਸਾਰੇ ਜਾਣੇ ਬਣੇ ਰਹੋ
ਚੱਲੇ ਜਾਓ ਵਾਹਿਗੁਰੂ ਜੀ ਦੇ ਦਰਸ਼ਨ ਉੱਤੇ ਕਰਕੇ ਸਾਨੂੰ ਅੰਦਰੋਂ ਦੀ ਬਾਣੀ ਪਤ ਬਣਾਉਂਦੇ ਚੱਕੋ ਤੇ ਉੱਥੋਂ ਆਪ ਹੀ ਪਵਾ ਕੇ ਅੰਦਰੋਂ ਉਹ ਦੇਖੋ ਉੱਧਰੋਂ ਆਪ ਹੀ ਪਵਾ ਕੇ ਅਤੇ ਆਪ ਹੀ ਬਹਿ ਜਾਓ ਲੰਗਰ ਹਾਲ ਦੇ ਵਿੱਚ ਜਿੱਦਾਂ ਉੱਥੋਂ ਪਲੇਟ ਚੱਕ ਕੇ ਆ ਬਈ ਬੈਠੀ ਸੰਗਤ ਅਤੇ ਆ ਪਾ ਕੇ ਉਹਨਾਂ ਨੇ ਆਪ ਹੀ ਪਾਉਣੀ ਆ ਤੁਸੀਂ ਆਪ ਨਹੀਂ ਪਾ ਸਕਦੇ ਅਤੇ ਜੇ ਘਰ ਲਿਜਾਣੇ ਨੂੰ ਵੀ ਤੁਸੀਂ ਘਰ ਲਿਜਾਣੇ ਨੂੰ ਵੀ ਇੱਥੋਂ ਹੀ ਪਵਾ ਸਕਦੇ ਇੱਥੋਂ ਪਾ ਕੇ ਅਤੇ ਫਿਰ ਬਹਿ ਜਾਣਾ ਹੈ ਤੁਸੀਂ ਅਤੇ ਜੇ ਤੁਹਾਨੂੰ ਫਿਰ ਲੋੜ ਆ ਫਿਰ ਤੁਸੀਂ ਆ ਬਈ ਜਿੱਦਾਂ ਪਵਾ ਸਕਦੇ ਹੋ ਉੱਠ ਕੇ ਉਹ ਬੀਬੀਆਂ ਲੱਗੀਆਂ ਸੇਵਾ ਕਰਨ ਰੋਟੀਆਂ ਬਣਾਉਂਦੀਆਂ ਪਈਆਂ ਅਤੇ ਆਪਾਂ ਇੱਥੋਂ ਥਾਲ ਲੈ ਕੇ ਅਤੇ ਆਪਣੀ ਸਬਜ਼ੀ ਉੱਥੇ ਪਵਾ ਕੇ ਪ੍ਰਸ਼ਾਦਾ ਲੈ ਕੇ ਆਪਾਂ ਉੱਥੋਂ ਫਿਰ ਇੱਥੇ ਬਹਿ ਕੇ ਛੱਡ ਸਕਦੇ ਹਾਂ ਅਤੇ ਆ ਬਾਬਾ ਜੀ ਹੁਣਾਂ ਦੀਆਂ ਫੋਟੋਆਂ ਲੱਗੀਆਂ ਸਾਰੀਆਂ ਸਾਰਿਆਂ ਦੀਆਂ ਲੱਗੀਆਂ ਸਾਰਿਆਂ ਦੀਆਂ ਅਤੇ ਇੱਧਰ ਬਾਹਰ ਜਾਣੇ ਦਾ ਰਸਤਾ ਅਤੇ ਹੁਣ ਇੱਦਾਂ ਬਣਾਏ ਹੋਆ ਉਹਨਾਂ ਨੇ ਅਤੇ ਆਪਣੀ ਚੱਪਲ ਆਪਣੀ ਲੈ ਕੇ ਅਤੇ ਆਪਾਂ ਬਾਹਰ ਐਕਸਿਟ ਕਰ ਜਾਣਾ ਦਰਸ਼ਨ ਕਰਕੇ ਵਾਹਿਗੁਰੂ ਜੀ ਦੇ ਅਤੇ ਲੰਗਰ ਛੱਕ ਕੇ ਅਤੇ ਹੁਣ ਬਾਹਰ ਬੈਠੇ ਹਾਂ ਅਤੇ ਆਨੰਦ ਆ ਗਿਆ ਲੰਗਰ ਛੱਕ ਕੇ ਅਤੇ ਦਰਸ਼ਨ ਕਰਕੇ ਬਾਬਾ ਜੀ ਦਾ ਐਨ ਨਜ਼ਾਰੇਦਾਰ ਸੀ ਲੰਗਰ ਅਤੇ ਬਾਕੀ ਹੁਣ ਚੱਲੇ ਹਾਂ ਘਰ ਨੂੰ ਅਤੇ ਬਾਹਰ ਬੈਠੇ ਹਾਂ ਹਵਾ ਚੱਲਦੀ ਆ ਅਤੇ ਵੀਡੀਓ ਸੋਹਣੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਅਤੇ ਹੁਣ ਚੱਲਦੇ ਹਾਂ ਘਰ ਨੂੰ ਅਤੇ ਪਹਿਲਾ ਦਿਨ ਸੀ ਅੱਜ ਅਤੇ ਦੂਜਾ ਦਿਨ ਸੀ ਅੱਜ ਅਤੇ ਦਰਸ਼ਨ ਕਰਨ ਆਏ ਹਾਂ ਬਾਬਾ ਜੀ ਦੇ ਗੁਰਦੁਆਰਾ ਸਾਹਿਬ ਅਤੇ ਬਾਕੀ ਹੁਣ ਮਿਲਦੇ ਹਾਂ ਅਗਲੇ ਵਲੋਗ ਦੇ ਵਿੱਚ ਵੀਡੀਓ ਸੋਹਣੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਤੇ ਹੁਣ ਹੋਰ ਵੀ ਇੱਦਾਂ ਦੀਆਂ ਸੋਹਣੀਆਂ ਸੋਹਣੀਆਂ ਵੀਡੀਓ ਆਪਾਂ ਤੁਹਾਡੇ ਲਈ ਪਾਉਂਦੇ ਰਹਾਂਗੇ
ਤੇ ਬਾਕੀ ਮਿਲਦੇ ਆ ਅਗਲੇ ਵਲੌਗ ਦੇ ਵਿੱਚ।